ਅਰਬ੍ਰਿਤ ਸਿੰਘ ਜਵੰਦਾ ਦੀ ਕਹਾਣੀ ਤੀਜੀ ਜਮਾਤ ਚ ਪਵਾਂਗਾ ਪਿਤਾਜੀ ਬਟਾਲੇ ਲੱਗੇ ਛੀਨੇ ਰੇਲਵੇ ਸਟੇਸ਼ਨ ਤੇ ਸਟੇਸ਼ਨ ਮਾਸਟਰ ਲੱਗੇ ਹੋਏ ਸਨ ਉਹ ਹਰ ਰੋਜ਼ ਸ਼ਾਮੀ ਮੈਨੂੰ ਵੀ ਆਪਣੇ ਨਾਲ ਪੜਾਉਣ ਲਈ ਸਟੇਸ਼ਨ ਤੇ ਲਜਾਇਆ ਕਰਦੇ ਇੱਕ ਦਿਨ ਇੰਜ ਹੀ ਬੈਠਾ ਸਾਂ ਬਾਹਰ ਰੌਲਾ ਪੈ ਗਿਆ ਕਿ ਕੋਈ ਬੰਦਾ ਗੱਡੀ ਥੱਲੇ ਆ ਗਿਆ ਅਸੀਂ ਬਾਹਰ ਨੂੰ ਦੌੜੇ ਮੈਨੂੰ ਘਰੇ ਭੇਜ ਦਿੱਤਾ ਪਰ ਮੈਂ ਸਭ ਕੁਝ ਲੁੱਕ ਕੇ ਵੇਖਦਾ ਰਿਹਾ ਉਹ ਤਕੜੇ ਜੁੱਸੇ ਵਾਲਾ ਨੌਜਵਾਨ ਸੀ ਰੇਲਵੇ ਪੁਲਿਸ ਨੇ ਉਹਦੀ ਦੇਹ ਫੱਟੇ ਤੇ ਰੱਖ ਪਲੇਟਫਾਰਮ ਤੇ ਲੈ ਆਂਦੀ ਘੜੀਕ ਮਗਰੋਂ ਇਹ ਸਾਹਮਣੇ ਪੈਂਦੇ ਪਿੰਡ ਕੈਲੇ ਕਲਾਂ ਤੋਂ ਕਿੰਨੇ ਸਾਰੇ ਲੋਕ ਨਸੇ ਆਏ। ਉਹਦੀ ਨਵੀਂ ਵਿਆਹੀ ਪਤਨੀ ਵੀ ਉਹਨਾਂ ਚ ਹੀ ਸੀ। ਉਹਦੇ ਢੋਲ ਪੈ ਸਰੀਰ ਨੂੰ ਕਲਾਵੇ ਚ ਲੈਂਦੀ ਪੁੱਛੀ ਜਾ ਰਹੀ ਸੀ ਵੀ ਅਖੀਰ ਗੱਲ ਕੀ ਹੋਈ? ਮੈਨੂੰ ਦੱਸ ਸਹੀ ਤੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਮੈਨੂੰ ਕਿਦੇ ਆਸਰੇ ਛੱਡ ਗਿਆ ਏਡੀ ਲੰਮੀ ਕਿਹੜੇ ਆਸਰੇ ਨਿਕਲੂਗੀ? ਫਿਰ ਉਹਨੇ ਆਪਣੀਆਂ ਸਾਰੀਆਂ ਚੂੜੀਆਂ ਤੋੜ ਸੁੱਟੀਆਂ, ਨਾਲ ਆਈਆਂ ਬਜ਼ੁਰਗਔਰਤਾਂ ਨੂੰ ਦੂਰ ਲੈ ਗਈਆਂ। ਮਗਰੋਂ ਪਤਾ ਲੱਗਾ ਕਿ ਸੋਰੇ ਘਰ ਆਏ ਹੋਏ ਨੂੰ ਕਿਸੇ ਨੇ ਕੋਈ ਐਸੀ ਗੱਲ ਆਖਤੀ ਕਿਉਂ ਦਿਲ ਤੇ ਲੈ ਗਿਆ ਫਿਰ ਪਹਿਲੀਆਂ ਵੱਲ ਫੇਰਾ ਮਾਰਨ ਦਾ ਬਹਾਨਾ ਲਾ ਕੇ ਬਾਹਰ ਨਿਕਲ 1 ਕਿਲੋਮੀਟਰ ਦੂਰ ਸਟੇਸ਼ਨ ਤੇ ਆ ਕੇ ਗੱਡੀ ਹੇਠ ਸਿਰ ਦੇ ਦਿੱਤਾ ਦੋਸਤੋ ਦਫਤਰਾਂ ਕਮਾਂਕਾਰਾਂ ਮਹਿਫਲਾਂ ਪਾਰਟੀਆਂ ਵਿਆਹ ਮੰਗਣਿਆਂ ਤੇ ਕਾਰੋਬਾਰ ਦੇ ਸਿਲਸਿਲੇ 'ਚ ਲੋਕਾਈ ਦੇ ਸਮੁੰਦਰ 'ਚ ਵਿਚਰਦੇ ਹਾਂ ਕਿੰਨੇ ਸਾਰੇ ਇਦਾਂ ਦੇ ਲੋਕ ਅਕਸਰ ਹੀ ਮਿਲ ਜਾਂਦੇ ਨੇ ਜਿਨ੍ਹਾਂ ਦੇ ਸਿਰਫ ਤੇ ਸਿਰਫ ਇੱਕੋ ਮੰਤਵ ਇਹ ਹੁੰਦਾ ਹੈ ਕਿ ਤੁਹਾਨੂੰ ਨਕਾਰਾਤਮਕਤਾ ਦੇ ਸਮੁੰਦਰ 'ਚ ਤੱਕ ਕੇ ਤੁਹਾਡੇ ਜ਼ਹਿਨ 'ਚ ਹੀਨ ਭਾਵਨਾਵਾਂ ਵਾਲੀ ਸੋਚ ਪਾਲੂ ਕਰਨੀ ਅਕਸਰ ਹੀ ਸ਼ਕਲਾਂ ਸੂਰਤਾਂ ਤੇ ਟਿੱਪਣੀਆਂ ਕਰਨੀਆਂ ਉਹਨਾਂ ਦੀ ਆਦਤ ਹੁੰਦੀ ਹੈ ਸਰੀਰਕ ਬਣਤਰ ਬਾਰੇ ਮਖੌਲ ਬਣਾਏ ਜਾਂਦੇ ਗਲ ਪਾਏ ਹੋਏ ਕੱਪੜਿਆਂ ਨੂੰ ਗੋਹਣਾਂ ਨਾਲ ਇੰਜ ਤੱਕਿਆ ਜਾਂਦਾ ਹੈ ਕਿ ਤੁਸੀਂ ਰਹਿੰਦੀ ਪਾਰਟੀ ਵੇਲੇ ਤੱਕ ਆਪਣੇ ਆਪ ਤੇ ਹੀ ਕੇਂਦਰਿਤ ਹੋਏ ਇਹੋ ਸੋਚੀ ਜਾਓ ਕਿ ਸ਼ਾਇਦ ਮੇਰੀ ਸ਼ਖਸੀਅਤ ਕੁਝ ਗਲਤ ਹੈ ਤੁਹਾਡੇ ਕੀਤੇ ਕਮਾਂਝ ਬਿਨਾਂ ਵਜ੍ਹਾ ਗਲਤੀਆਂ ਕੱਢੀਆਂ ਜਾਂਦੀਆਂ ਨੇ ਔਲਾਦ ਭੈਣਾ ਭਰਾਵਾਂ ਦੇ ਫੀਲ ਪਾਸ ਹੋ ਜਾਣ ਬਾਰੇ ਕੰਸੂਆਂ ਲਈਆਂ ਜਾਂਦੀਆਂ ਫਿਰ ਪਰਾਂ ਚ ਬੈਠ ਮਿਰਚ ਮਸਾਲੇ ਲਾਲ ਚਰਚਾ ਕੀਤੀ ਜਾਂਦੀ ਹੈ ਜੀਵਨ ਸਾਥੀ ਵਾਲੇ ਰਿਸ਼ਤੇ ਬਾਰੇ ਅਪਡੇਟ ਵੀ ਲਈ ਜਾਂਦੀ ਹੈ ਬਿਜ਼ਨਸ ਦੇ ਘਾਟਿਆਂ ਤੇ ਪ੍ਰਮੋਸ਼ਨ ਵੇਲੇ ਹੋਈਆਂ ਨਾਇਨਸਾਫੀਆਂ ਦਾ ਅਹਿਸਾਸ ਇਸ ਤਰੀਕੇ ਨਾਲ ਕਰਾਇਆ ਜਾਂਦਾ ਹੈ ਕਿ ਤੁਸੀਂ ਪਤਾਲ ਚ ਤਸ ਦੇ ਜਾਓ ਦਾਲਤ ਤੇ ਕਾਰਾਂ ਕੋਠੀਆਂ ਦੀ ਬੇਸ਼ਰਮੀ ਨਾਲ ਕੀਤੀ ਜਾਂਦੀ ਸ਼ਰਿਆਮ ਨਮਾਇਸ਼ ਦਾ ਮੰਤਵ ਸਿਰਫ ਤੇ ਸਿਰਫ ਇਹੀ ਹੁੰਦਾ ਹੈ ਕਿ ਅਗਲੇ ਨੂੰ ਛੋਟੇ ਹੋਣ ਦਾ ਅਹਿਸਾਸ ਕਰਾਇਆ ਜਾਵੇ ਇਥੋਂ ਤੱਕ ਕਿ ਤੁਹਾਡੀਆਂ ਕਾਰਾਂ ਤੇ ਗਲ ਪਾਈ ਕੱਪੜਿਆਂ ਦੇ ਬ੍ਰਾਂਡ ਵੇਖ ਕੇ ਤੈਅ ਕੀਤਾ ਜਾਂਦਾ ਹੈ ਕਿ ਤੁਹਾਨੂੰ ਤੂੰ ਆਖ ਸੰਬੋਧਨ ਹੋਣਾ ਹੈ ਕਿ ਤੁਸੀਂ ਆਖਣਾ ਹੈ ਪਰਿਵਾਰਕ ਇਕੱਠਾਂ 'ਚ ਮਿਲਦੀਆਂ ਤਨਖਾਹਾਂ ਤੇ ਅਹੁਦਿਆਂ ਦਾ ਮੁਕਾਬਲਾ ਕੀਤਾ ਜਾਂਦਾ ਹੈ ਵਿਆਹਾਂ ਸ਼ਾਦੀਆਂ ਮੌਕੇ ਤੇ ਖਾਸ-ਖਾਸ ਸਰਦੇ ਪੁੱਜਦਿਆਂ ਦੇ ਵੱਖਰੇ ਟੇਬਲ ਲਾਏ ਜਾਂਦੇ ਫਿਰ ਖਾਸ-ਖਾਸ ਪਰੌਣਿਆਂ ਲਈ ਪੜੇ ਲਿਖੇ ਬੈਰੀ ਸੇਵਾਜ਼ ਹਾਜ਼ਰ ਕੀਤੇ ਜਾਂਦੇ ਹੈ ਲਿਸਟ ਬੜੀ ਲੰਮੀ ਹੈ ਪਰ ਸਾਰਿਆਂ ਦਾ ਕੇਂਦਰੀ ਭਾਅ ਵੇਖੀ ਹੈ ਅਸੀਂ ਬਿਹਤਰ ਤੁਸੀਂ ਹਰ ਪੱਖੋਂ ਘਟਿਆ ਮੁੱਖ ਦੀ ਗੱਲ ਹੈ ਜ਼ਿੰਦਗੀ ਜਿਉਣ ਦੇ ਦੋ ਹੀ ਤਰੀਕੇ ਨੇ ਪਹਿਲਾ ਜਾਂ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਿਗੂਣਾ ਤੇ ਨਿਮਾਣਾ ਜਿਹਾ ਮੰਨ ਦੂਜੇ ਦੇ ਦੇਮੋ ਕਰਮ ਤੇ ਛੱਡ ਕੇ ਇਸ ਗੱਲ ਦੀ ਉਡੀਕ ਕੀਤੀ ਜਾਏ ਕਿ ਅਗਲਾ ਤੁਹਾਡੀ ਕਿੰਨੀ ਕਬੂਲੀ ਲਾਉਂਦਾ ਹੈ ਦੂਜਾ ਇਹ ਆਪਣੀ ਜ਼ਮੀਰ ਤੇ ਸਵੈ ਮਾਨ ਵਾਲੇ ਘੋੜੇ ਨੂੰ ਅੰਬਰਾਂ ਦੀ ਉਡਾਰੀ ਲੁਆ ਖੁਦ ਦੀ ਕੀਮਤ ਇਸ ਤਰੀਕੇ ਨਾਲ ਮਿੱਥੀ ਜਾਏ ਕਿ ਵੱਡੇ ਤੋਂ ਵੱਡੇ 나ਡੂ ਖਾਂ ਖਵਾਉਣ ਵਾਲੇ ਨੂੰ ਵੀ ਤੁਹਾਡੀ ਬੋਲੀ ਲਾਉਣ ਤੋਂ ਪਹਿਲਾਂ 100 ਵਾਰ ਸੋਚਣਾ ਪਵੇ ਦੋਸਤੋ ਫਰਜ਼ ਕਰੋ ਜੇ 18ਵੀਂ ਸਦੀ ਚ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਦੇ ਮੱਸੇ ਰੰਗੜ ਨੂੰ ਇਸ ਕੰਮੋਂ ਰੋਕਣ ਲਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਮੀਰਾ ਕੋਟ ਦਰਸ਼ਨੀ ਡਿਊਟੀ ਕੋ ਲਾ ਕੇ ਧਰਨੇ ਤੇ ਬੈਠ ਗਏ ਹੁੰਦੇ ਤਾਂ ਅੱਜ ਕਿੱਥੇ ਖਲੋਤੇ ਹੁੰਦੇ ਪੱਕੀ ਗੱਲ ਦੋਹਾਂ ਦੇ ਵਜੂਦ ਰੇਤ ਦੇ ਕਿਣਕਿਆਂ ਵਾਂਗ ਇਤਿਹਾਸਿਕ ਪੰਧ ਤੋਂ ਕਿਦਰੇ गिर ਗਏ ਹੁੰਦੇ ਇਤਿਹਾਸ ਸਿਰਜਣ ਲਈ ਡਾਡਿਆਂ ਦੇ ਐਨ ਸਿਰ ਤੇ ਖਲੋ ਕੇ ਬਰੋਬਰ ਦੀ ਧਿਰ ਬਣ ਸਾਰੇ ਹਿਸਾਬ ਕਿਤਾਬ ਨਕਦੋਂ ਨਗਦ ਕਰਨ ਨਹੀਂ ਪੈਂਦੇ ਨੇ ਧੰਨਵਾਦ